ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹਿਸਰੋ ਤੈਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਮਿਡਲ ਸਕੂਲਾਂ ਨੂੰ ਹਾਈ ਸਕੂਲਾਂ ਵਿੱਚ ਚਾਰਲੇ ਮਾ ਕਰਨ ਦੇ ਤਿਆਰੀ ਵਿੱਚ ਪੰਜਾਬ ਸਰਕਾਰ ਜਾਣੂ ਕੀ ਹੈ ਪਲਾਨ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਪੰਜਾਬ ਸਰਕਾਰ ਸੂਬੇ ਦੇ ਮਿਡਲ ਸਕੂਲਾਂ ਨੂੰ ਹਾਈ ਸਕੂਲਾਂ ਵਿੱਚ ਚਾਰਲੇਵੇਂ ਦੇ ਤਿਆਰੀ ਕਰ ਰਹੀ ਹੈ ਇਸ ਸਬੰਦੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸੰਘਾ ਬੈਂਸ ਨੇ ਵੱਡਾ ਬਿਆਨ ਦਿੱਤਾ ਸਿੱਖਿਆ ਮੰਤਰੀ ਹਰਜੋਤ ਸੰਘਾ ਬੈਂਸ ਨੇ ਕਿਹਾ ਹੈ ਕਿ ਮਿਡਲ ਸਕੂਲਾਂ ਨੂੰ ਹਾਈ ਸਕੂਲਾਂ ਵਿੱਚ ਚਾਰਲੇਵੇਂ ਮ ਕੀਤਾ ਜਾਵੇਗਾ ਸੋ ਬੰਦਾਤਾ ਹਲਕੇ ਦੇ ਉਪਾਇਕ ਅਤੇ ਪਿੰਡ ਦੇ ਸਰਪੰਚ ਦੀ ਸਹਿਮਤੀ ਦੇ ਨਾਲ ਸਕੂਲਾਂ ਦਾਦਾਰ ਲਿਵਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਨਾਲ ਦੇ ਪਿੰਡ ਦੇ ਵਿੱਚ ਆਉਣ ਵਾਲੇ ਬੱਚਿਆਂ ਨੂੰ ਬੱਸ ਸਰਵਿਸ ਦੀ ਸੁਵਿਧਾ ਵੀ ਦਿੱਤੀ ਜਾਵੇਗੀ ਉਹਨਾਂ ਨੇ ਕਹਿ ਕੇ ਮਿਡਲ ਸਕੂਲ ਬੱਚਿਆਂ ਦੀ ਕਮੀਆ ਪਰ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀਆ ਪੰਜਾਬ ਦੇ ਜ਼ਿਆਦਾਤਰ ਸਕੂਲਾਂ ਵਿੱਚ ਵਾਈਫਾਈ ਲੱਗ ਚੁੱਕਾ ਹੈ ਅਧਿਆਪਕਾਂ ਦੇ ਟ੍ਰੇਨਿੰਗ ਸਭ ਤੋਂ ਜ਼ਰੂਰੀ ਆਜ ਤ ਦੇ ਚੱਲਦੇ 202 ਅਧਿਆਪਕਾਂ ਨੂੰ ਟ੍ਰੇਨ ਕੀਤਾ ਗਿਆ। ਭਗਵੰਤ ਮਾਨ ਸਰਕਾਰ ਦੇ ਵੱਲੋਂ ਦੀਵਾਲੀ ਦਾ ਵੱਡਾ ਤੋਹਫਾ ਕਰ ਦਿੱਤਾ ਵੱਡਾ ਐਲਾਨ। ਪੰਜਾਬ ਰਾਜ ਸਹਿਕਾਰੀ ਬੈਂਕ ਦੇ ਖਾਤਾ ਧਾਰਕਾਂ ਦੇ ਲਈ ਦੀਵਾਲੀ ਦਾ ਤੋਹਫਾ ਦਿੰਦਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਰੇ ਵੱਡੇ ਕਰਜ਼ਾਂ ਤੇ 1 ਕ ਮਹੀਨੇ ਦੇ ਲਈ ਕੋਈ ਵੀ ਪ੍ਰੋਸੈਸਿੰਗ ਫੀਸਾਂ ਨਾ ਲੈਣ ਦਾ ਐਲਾਨ ਕੀਤਾ ਇਹ ਜਾਣਕਾਰ ਦਿੰਦਿਆ। ਮੱਖ ਮੰਤਰੀ ਨੇ ਕਿਹਾ ਹੈ ਕਿ ਦੀਵਾਲੀ ਉਹ ਸਮਾਂ ਹੁੰਦਾ ਹੈ ਜਦੋਂ ਲੋਕਾਂ ਖਰੀਦਦਾਰੀ ਕਰਦੇ ਹਨ ਤੇ ਇਹ ਪੇਸ਼ਕਸ਼ ਬੈਂਕ ਦੇ ਗਾਹਕਾਂ ਨੂੰ ਆਉਣ ਵਾਲੇ ਤਿਹਾਰਾਂ ਨੂੰ ਤਿਆਂ ਦੇ ਵਿੱਚ ਰੱਖਦਾ ਵੱਡੇ ਪੱਧਰ ਦੇ ਉੱਤੇ ਮਨਾਉਣ ਦੀ ਸੂਲਤਾ ਦੇਣ ਦੇ ਲਈ ਹੈ। ਐਸਾ ਕਦਮ ਦਾ ਉਦੇਸ਼ ਹੈ ਸਹਿਕਾਰੀ ਬੈਂਕਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਵੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜ਼ੀਰੋ ਪ੍ਰੋਸੈਸਿੰਗ ਫੀਸ ਸੀਮਤ ਸਮੇਂ ਦਲੇ ਲਈ ਆ ਤੇ ਇਹ 15 ਅਕਤੂਬਰ ਤੋਂ 15 ਨਵੰਬਰ 2024 ਤੱਕ ਜਾਰੀ ਰਹੇਗੇ ਭਗਵੰਤ ਸਿੰਘ ਮਾਨਯਕ ਹੈ ਕਿ ਇਹ ਪੇਸ਼ਕਸ਼ਾ ਬੈਂਕ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਆਪਣੀਆਂ 18 ਸਿਖਾਵਾਂ ਦੇ ਰਾਹੀਂ ਆਪਣੇ ਗਾਕਾਂ ਨੂੰ ਪਰਸਨਲ ਕੰਜ਼ਿਊਮਰ ਅਤੇ ਵਾਹਨਾ ਲੋਨ ਦੇ ਸੁਵਿਧਾ ਦੇਣ ਲਈ ਸ਼ੁਰੂ ਕੀਤੀ ਗਈ ਹੈ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਰਦਤ ਕੰਟਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਕਾਲੀ ਦਲ ਨੇ ਬਲਟੋਹਾ ਨੂੰ ਪਾਰਟਿਡ ਵਿੱਚੋਂ ਕੱਢਿਆ ਸਾਡਾ ਉਹਦੇ ਨਾਲ ਕੋਈ ਲਾਗਤ ਦੇਗਾ ਨਹੀਂ ਬਲਟੋਹੇ ਨੇ ਕੀਤੀ ਘਟਿਆ ਗੱਲ ਭੁੰਦੜ ਸ਼੍ਰੋਮਣੀ ਆਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘਾ ਭੁੰਦੜ ਨੇ ਕਹਿ ਕੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਹਿ ਕੇ ਜਦੋਂ ਵੀ ਸ਼ਰੀਆ ਕਾਲ ਤੱਕ ਤਾਂ ਸਭ ਦੇ ਉੱਤੇ ਨਾਤਮਸਤਾ ਕਾ ਹੁੰਦਾ ਹਾਂ ਤਾਂ ਸਿੰਘਾ ਸਹਿਬਾਨ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਹਿ ਕੇ ਬਿਰਸਾ ਸਿੰਘਾ ਬਲਟੋਹਾ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਉਹਨਾਂ ਨੇ ਕਹਿ ਕੇ ਬਿਰਸਾ ਸਿੰਘਾ ਬਲਟੋਹਾ ਦੇ ਨਾਲ ਸਾਡਾ ਉਸ ਨਾਲ ਕੋਈ ਲਾਗਤ ਦੇਗਾ ਨਹੀਂ ਬਲਟੋਹੇ ਨੇ ਘਟਿਆ ਗੱਲ ਕੀਤੀ ਹੈ ਉਹਨਾਂ ਨੇ ਕਹਿ ਕੇ ਅਸੀਂ ਅੱਗੇ ਤੋਂ ਸਾਰੇ ਵਰਕਰਾਂ ਨੂੰ ਕਹਿ ਦਿੰਦਾ ਕਿ ਅੱਗੇ ਤੋਂ ਕੋਈ ਵੀ ਅਜਾਈ ਹਰਕਤਾ ਸੈਣ ਨਹੀਂ ਕੀਤੀ ਆਵੇਗੀ ਉਹਨਾਂ ਨੇ ਕਹਿ ਕੇ ਬਲਟੋਹਾ ਨੇ ਮਾੜੀ ਗੱਲ ਕੀਤੀ ਆ ਉਹਨਾਂ ਨੇ ਕਹਿ ਕੇ ਪਾਰਟੀ ਦੇ ਵਿੱਚੋਂ ਜ਼ਥੇਦਾਰ ਤੋਂ ਖਿਮਾ ਜਾਚਕ ਕੀਤੀ ਗਈ ਆ ਉਹਨਾਂ ਨੇ ਕਹਿ ਕੇ ਸੰਗ ਸਹਿਬਾਨ ਜੋ ਵੀ ਫੈਸਲਾ ਕਰਦੇ ਹਨ ਤੇ ਉਹਨਾਂ ਸਰਮਥ ਹਨ ਤੇ ਉਹਨਾਂ ਨੇ ਕਹਿ ਕੇ ਗਿਆਨੀ ਹਰਪ੍ਰੀਤ ਸੰਗ ਬੜੇ ਵੱਡੇ ਵਿਦਵਾਨਾਂ ਤੇ ਉਹਨਾਂ ਨੇ ਕਹਿ ਕੇ ਸੰਗਾ ਸਾਹਿਬ ਦੀ ਕਾਬਲੀਅਤ ਦਾ ਮੈਂ ਸਨਮਾਨ ਕਰਦਾ ਹਾਂ ਗਿਆਨੀ ਹਰਪ੍ਰੀਤ ਸੰਗ ਦੇ ਮਾਮਲੇ ਤੇ ਸੀਐਮ ਮਾਨ ਦਾ ਆਇਆ ਵੱਡਾ ਬਿਆਨ ਬੋਲੇ ਕਿ ਸਿਆਸਤਦਾਨ ਦੇ ਵੱਲੋਂ ਜਥੇਦਾਰ ਨੂੰ ਧਮਕੀ ਦੇਣਾ ਨਿੰਦਨਯੋਗ ਬੀਤੇ ਦਿਨੀ ਬਰਸਾ ਸੰਗ ਬਲਟੋਹਾ ਦੇ ਵੱਲ ਲਗਾਏ ਗਏ ਇਲਜ਼ਾਮਾਂ ਤੋਂ ਦੁਖੀ ਹੋ ਕੇ ਤਾਕਤਾਂ ਦੇ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸੰਗ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਕੱਲ ਐਹਜੀਪੀਸੀ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰਾ ਕਰ ਦਿੱਤਾ ਕੁਝ ਸਮੇਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਆ ਵੀਡੀਓ ਸੁਨੇਹਾ ਜਾਰੀ ਕਰਦੇ ਹੋਏ ਐਸ ਕਿਸੇ ਸਿਆਸਤਦਾਨ ਦੇ ਵੱਲੋਂ ਜੱਤਦਾਰ ਨੂੰ ਧਮਕੀ ਦੇਣਾ ਬਹੁਤ ਹੀ ਨਿੰਦਨਯੋਗ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਆ ਵੀਡੀਓ ਸੁਨੇਹਾ ਸਾਂਝਾ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਕਿਸੇ ਸਿਆਸਦਨ ਦੇ ਵੱਲੋਂ ਜਥੇਦਾਨ ਧਮਕੀ ਦੇਣਾ ਨਿੰਦਨਯੋਗ ਹੈ। ਮੰਡਗਾਂ ਦੇ ਵਿੱਚ ਚੋਣ ਦੇ ਬੇਕਦਰੇ ਦੇ ਵਿਰੋਧਾ ਬੀਕੇਯੂ ਅਗਰਹਨ ਦੇ ਵੱਲੋਂ ਪੰਜਾਬ ਭਰ ਦੇ ਵਿੱਚ 25 ਟੋਲਪਲਾਜ਼ੇ ਅਣਮਿੱਥੇ ਸਮੇਂ ਦੇ ਲਈ ਟੋਲ ਮੋਕਤਾ। ਤਾਂ ਉਸ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਹਨ ਦੇ ਵੱਲੋਂ ਚੋਣਾਂ ਦੀਆਂ ਮੰਡਗਾਂ ਦੇ ਵਿੱਚ ਵੇਹ ਕਦਰੀ ਦੇ ਵਿਰੋਧ ਦਾ ਕੱਲ ਪੰਜਾਬ ਦੇ 14 ਜ਼ਿਲਾਂ ਵਿੱਚ 25 ਟੋਲਪਲਾਜੇ ਪ੍ਰੀਕਰਨ ਦੇ ਲਗਾਤਾਰ ਮੋਰਚੇ ਸ਼ੁਰੂ ਕੀਤੇ ਗਏ ਜਿਨ੍ਹਾਂ ਦੇ ਵਿੱਚ 4 ਹੋਰ ਗਵਾਂਢੀ ਜ਼ਿਲਾਂ ਦੇ ਕਿਸਾਨ ਵੀ ਸ਼ਾਮਲ ਹੋਏ ਜਿੱਥੇ ਟੋਲਪਲਾਜੇ ਨਹੀਂ ਹਨ ਇਹ ਜਾਣਕਾਰ ਦਿੰਦਿਆਂ ਜਥੇ ਦਾ ਜਥੇਬੰਦੀ ਦੇ ਪ੍ਰਧਾਨ ਜਗਿੰਦਰ ਸਿੰਘਾ ਉਗਰਾਹਤ ਜਨਰਲ ਸਕੱਤਰ ਸਖਦੇਵ ਸਿੰਘਾ ਕੋਕਰੀ ਕਲਨ ਦੱਸਿਆ ਕਿ ਇਨ੍ਹਾਂ ਮੋਰਚਿਆਂ ਵਿੱਚ ਕੋਲ ਮਲਾ ਕੇ ਸੈਂਕੜੇ ਔਰਤਾ ਤੇ ਹਜ਼ਾਰਾਂ ਨੌਂ ਬਾਨਾਂ ਦੇ ਗਿਣਤੇ ਵਿੱਚ ਆ ਕੇ ਸਨ ਮਜ਼ਦੂਰਾ ਸ਼ਾਮਲ ਹੋਏ ਜੱਤੇ ਮੰਡੀ ਦੇ ਫੈਸਲੇ ਦੇ ਅਨੁਸਾਰ ਜੇਕਰ ਮੰਡੀਆਂ ਦੇ ਵਿੱਚ ਝੁੰਨੇ ਦੇ ਨਰ ਬਗਣਾ ਖਰੀਦਦਾ ਅਤੇ ਨਾਲੋਂ ਨਾਲ ਚੁਕਾਈ ਤੁਰੰਤ ਚਾਲੂ ਨਹੀਂ ਕੀਤੀ ਜਾਂਦੀ ਤਾਂ ਅੱਜ ਪਾਇਪਾ ਦੇ ਮੁੱਖ ਆਗੂਆਂ ਸਮੇਤ ਆਪਾ ਪਾਰਟੀ ਦੇ ਵੱਦ ਤੋਂ ਵੱਦ ਵਿਧਾਇਕਾਂ ਸੰਸਦਾਂ ਤੇ ਮੰਤਰੀਆਂ ਦੇ ਘਰਾਂ ਦੇ ਅੱਗੇ ਵੀ ਲਗਾਤਾਰ ਮੋਰਚੇ ਲਾਇਆ ਜਾਣਗੇ ਇਹ ਦੋਨੋਂ ਕਿਸਮਾਂ ਦੇ ਮੋਰਚੇ ਮੰਗਾ ਮੰਨੇ ਜਾਣ ਤੱਕ ਦਿਨ ਰਾਤ ਲਗਾਤਾਰ ਜਾਰੀ ਰਹਿਣਗੇ ਕੈਨੇਡਾ ਵਾਲਿਆਂ ਨੂੰ ਮਿਲਣਗੇ 200 200 ਡਾਲਰ ਤਾਂ ਦੋਸਤੋ ਕੈਨੇਡਾ ਦੇ ਬੈਚਾਂ ਮਾਡਲ ਆਖਾਂ ਲੋਕਾਂ ਨੂੰ 200 200 ਡਾਲਰ ਦੇ ਚੈੱਕ ਵੰਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਹਾਂ ਅਨਟਾਰੀਓ ਦੇ ਡੱਗ ਫੋਰਡ ਸਰਕਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੂਬੇ ਦੇ ਹਰ ਵਸਨੀਕ ਨੂੰ ਰਿਬੇਟ ਚੈੱਕ ਵੰਡਣ ਤੇ ਵਿਚਾਰ ਕਰ ਰਹੀ ਹੈ ਤੇ ਸੱਸ ਸਦੇ ਜਾਣਕਾਰੀ ਦਾ ਕਹਣ ਕਿ ਸਮੇਂ ਤੋਂ ਪਹਿਲਾਂ ਚੋਣਾ ਕਰਵਾਉਂਦੇ ਮਕਸਦ ਦੇ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ ਟੋਰਾਂਟੋ ਸਟਾਰ ਦੀ 1 ਕਰੋੜ ਪੁੜ ਦੇ ਮੁਤਾਬਕ 1 ਕਰੋੜ 60 ਲੱਖ ਅਨਟਾਰੀਓ ਵਾਸੀਆਂ ਨੂੰ ਰਹਿਣ ਸਹਿਣ ਦੇ ਵਾਦੇ ਖਰਚਿਆਂ ਦੇ ਨਾਲ ਨਜੱਠਣ ਦੇ ਲਈ ਆਰਥਿਕ ਸਹਾਇਤਾ ਦਿੱਤੀ ਜਾ ਸਕਦੀ ਹੈ ਤੇ ਵਿੱਤ ਮੰਤਰੀ ਪੀਟਰ ਬੈਥਲੈਨ ਫੁਲਬੀ ਨੇ 30 ਅਕਤੂਬਰ ਨੂੰ ਪੱਤ ਚੜਰਤ ਦੇ ਆਰਥਿਕ ਬਿਆਨ ਦੇ ਵਿੱਚ ਇਸ ਬਾਰੇ ਐਲਾਨ ਕਰ ਸਕਦੇ ਖਾਤਮਾ ਹੋਵੇਗੀ ਰੇਲਵੇ ਦੇ ਵਿੱਚ ਬੇਟਿੰਗ ਦੀ ਸਮੱਸਿਆ ਹੁਣ 60 ਦਿਨ ਪਹਿਲਾਂ ਮਿਲੇਗਾ ਰਿਜ਼ਰਵੇਸ਼ਨ ਦਿਵਾਲੀ ਤੋਂ ਲੈ ਕੇ ਲੋਹੜੀ ਤੱਕ ਆਮ ਲੋਕਾਂ ਨੂੰ ਅਕਸਰ ਰੇਲਵੇ ਦੇ ਵਿੱਚ ਲੰਬੀ ਉਡੀਕ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਮੌਜੂਦਾ ਪ੍ਰਣਾਲੀ ਦੇ ਤਹਿਤ ਲੋਕ 120 ਦਿਨ ਪਹਿਲਾਂ ਰੇਲਵੇ ਰਿਜ਼ਰਵੇਸ਼ਨ ਟੈਗਟਾਂ ਬੁੱਕ ਕਰਦੇ ਹਨ ਤੇ ਹੁਣ ਰੇਲਵੇ ਬੋਰਡ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਹਦੇ ਨਾਲ ਲੰਬੇ ਸਮੇਂ ਤੋਂ ਅਢੀਕ ਕਰਨ ਦੇ ਸਮੱਸਿਆ ਨੂੰ ਖਾਤਮਾ ਕੀਤਾ ਜਾ ਸਕਦਾ ਹੁਣ ਤੋਂ ਰੇਲਵੇ ਰਿਜ਼ਰਵੇਸ਼ਨ ਟਿਕਟਾਂ ਦੇ ਐਡਵਾਂਸ ਬੁਕਿੰਗ ਸਿਰਫ 60 ਦਿਨ ਪਹਿਲਾਂ ਹੀ ਕੀਤੀ ਜਾ ਸਕੇਗੀ ਨਵੀਂ ਪ੍ਰਣਾਲੀ ਅਗਲੇ ਮਹੀਨੇ ਤੋਂ ਲਾਗੂ ਹੋ ਜਾਵੇਗੀ ਰੇਲਵੇ ਬੋਰਡ ਨੇ ਇੱਕ ਅਧਿਕਾਰਤ ਬਿਆਨ ਦੇ ਵਿੱਚ ਕਿਹਾ ਹੈ ਕਿ 1 ਨਵੰਬਰ 2024 ਤੋਂ ਰਿਜ਼ਰਵੇਸ਼ਨ ਟਿਕਟਾਂ ਦੇ ਐਡਵਾਂਸ ਬੁਕਿੰਗ ਸਿਰਫ 60 ਦਿਨ ਪਹਿਲਾਂ ਹੀ ਕੀਤੀ ਜਾਵੇਗੀ ਜਰੂਰੀ ਕਿ 120 ਦਿਨ ਪਹਿਲਾ ਐਡਵਾਂਸ ਟੈਗਟਾ ਬੁੱਕ ਕਰਨ ਦੀ ਸੇਵਾ 31 ਅਕਤੂਬਰ 2024 ਤੱਕ ਜਾਰੀ ਰਹੇਗੀ। ਮਹਿੰਗਾਈ ਤੇ ਲੱਗੇ ਗਿਲਗਾਮਾ ਮਹਾਰਾਸ਼ਟਰ ਤੋਂ ਸਸਤਾ ਪਿਆਜ਼ ਲਿਹਾਰੀਆ ਕਾਂ ਦਾ ਐਕਸਪ੍ਰੈਸ। ਤੇ ਹਰੀ ਮੌਸਮ ਤੇ ਮਹਾਰਾਸ਼ਟਰ ਚਾਰਖੰਡ ਵਿਧਾਨ ਸਭਾ ਦੀਆਂ ਚੋਣਾਂ ਵਿਚਾਲੇ ਪਿਆਜ਼ ਦੀਆਂ ਵਧੀਆਂ ਕੀਮਤਾਂ ਤੇ ਸਰਕਾਰ ਨੇ ਚਿੰਤਾ ਜ਼ਾਹਰ ਕੀਤੀ ਦਲੇ ਸਮੇਤਾ ਹੋਰ ਨਾ ਖੇਤਰਾਂ ਵਿੱਚ ਪਿਆਜ਼ ਦੀ ਕੀਮਤ ਨੂੰ ਕੰਟਰੋਲ ਕਰਨਾ ਤੇ ਸਸਤੀ ਅਤੇ ਸਹਜਾ ਤਰੀਕੇ ਦੇ ਨਾਲ ਪਿਆਜ਼ ਦੀ ਕੀਮਤ ਨੂੰ ਕੰਟਰੋਲ ਆ ਹੇਠਾ ਰੱਖਣਾ ਤੇ ਸਸਤੀ ਅਤੇ ਸਹਜਾ ਸਪਲਾਈ ਦੇ ਲਈ ਟ੍ਰੇਨਾਂ ਦਾ ਸਹਾਰਾ ਸਰਕਾਰ ਨੇ ਹੁਣ ਲਿਆ ਹੈ ਪਹਿਲੀ ਟ੍ਰੇਨਾਂ 1600 ਟਨ ਪਿਆਜ਼ ਲੈ ਕੇ 20 ਅਕਤੂਬਰ ਨੂੰ ਦਿੱਲੀ ਪਹੁੰਚ ਰਹੀਆਂ ਨਾ ਸਕਤ ਰਵਾਨਾ ਹੋਣ ਦੇ ਕਾਰਨ ਐਸਆਰਐਲ ਗੱਡੀ ਨੂੰ ਕਾਂਦਾ ਐਕਸਪ੍ਰੈਸ ਦਾ ਨਾਮ ਦਿੱਤਾ ਗਿਆ ਮਹਾਰਾਸ਼ਟਰ ਦੇ ਵਿੱਚ ਪਿਆਜ਼ਾਂ ਨੂੰ ਕਾਂਦਾ ਆਖਦੇ ਹਨ ਤੇ ਮੌਲਕਦੇ ਹਰਨਾ ਸ਼ਰਨ ਦੇ ਵਿਚ ਕਾਂ ਦਾ ਐਕਸਪ੍ਰੈਸ ਚੱਲੇਗੀ ਕਿਉਂਕਿ ਛੜਕੀ ਆਵਾਜਾਈ ਦੇ ਤੁਲਨ ਵਿੱਚ ਇਹ ਸਸਤੇ ਪਵੇਗੀ। ਕਾਪਤਕਾਰ ਮੰਤਰਾਲਾ ਦੇ ਸਖਤਰ ਨਿਧੀ ਖਰੇ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਿਆਜ਼ ਦੀ ਆਵਾਜਾਈ ਦੇ ਮਾਮਲੇ ਦੇ ਵਿੱਚ ਰੇਲਵੇ ਦੀ ਅਹਿਮਯਤਾ ਵਧਣੀ ਤੈਅ ਕਿਉਂਕਿ ਦਿੱਲੀ ਮਗਰੋਂ ਮੌਲਕਦੇ ਹਰਨਾ ਖੇਤਰਾਂ ਨੂੰ ਵੀ ਜੁੜਿਆ ਜਾਵੇਗਾ। ਕੁਝ ਦਿਨਾਂ ਦੇ ਵਿੱਚ ਲਖਨਊ, ਬਾਰਾਨਸੀ, ਪਟਨਾ ਅੱਤੇ ਰਾਂਚੇ ਦੇਲੇ ਪਿਆਜ ਦੇ ਇਹੋ ਖੇਪ ਭੇਜੀ ਜਾਵੇਗੀ ਲਗਭਗ 2 ਲੱਖ ਪਰਬਾਤ ਸਿੰਘ ਨੂੰ ਕੀਤਾ ਜਾਵੇਗਾ ਰਿਪੋਰਟ ਸੰਯੁਕਤ ਰਾਸ਼ਟਰ ਦੇ ਇਕਾ ਮਾਹਰ ਨੇ ਉਹਨਾਂ ਖਬਰਾਂ ਦੀ ਜਾਂਚ ਲਈ ਮੰਗ ਕੀਤੀ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਕਿ ਅਫਗਾਨਿਸਤਾਨ ਦੇ ਸਰਹੱਦ 'ਤੇ ਇਰਾਨੀ ਸੁਰੱਖਿਆ ਬਲਾਂ ਦੇ ਹਮਲੇ ਦੇ ਵਿੱਚ ਅਫਗਾਨ ਨਾਗਰਿਕਾਂ ਮਾਰੇ ਗਏ ਤੇ ਜ਼ਖਮੀ ਹੋਏ ਹਨ ਇਰਾਨ ਨੇ ਐਤਵਾਰ ਨੂੰ ਸਾਰਾ ਬੰਨੇੜੇ ਕਿਸੇ ਵੀ ਗੋਲੀਬਾਰੀ ਦੀ ਘਟਨਾ ਤੋਂ ਇਨਕਾਰ ਕੀਤਾ ਹੈ ਇਹ ਇਲਾਕਾ ਦੇਖਦੇ ਆ ਸ਼ਾਂਤ ਦਾ ਦੱਖਣ ਪੂਰਬੀ ਸੂਬੇ ਸਸਤਾਨ ਅਤੇ ਬਲੋਚਿਸਤਾਨ ਦਾ ਇੱਕ ਹੈ ਸ਼ਹਿਰ ਜੋ ਕਿ ਤਾਲਿਬਾਨ ਸ਼ਾਸਤ ਅਫਗਾਨਿਸਤਾਨ ਦੇ ਸਰਾਦ ਤੇ ਸਤਥ ਹੈ ਹਾਲਾਂਕਿ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਇਰਾਨ ਦੇ ਵਿੱਚ ਅਫਗਾਨ ਵਿਰੋਧੀ ਪ੍ਰਵਾਸੀ ਬਿਆਨਬਾਜ਼ੀ ਵਧੀ ਹੈ ਕਿਉਂਕਿ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਕਾਰਨ ਇਹਦੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ ਦੇਖਦੇ ਪੁਲਿਸ ਮੁਖੀ ਨੇ ਦਾਅਵਾ ਕੀਤਾ ਕਿ ਅਗਲੇ 6 ਮਹੀਨਿਆਂ ਦੇ ਵਿੱਚ ਲਗਭਗ 20 ਲੱਖ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਅਗਲੀ ਖਬਰ ਆਮ ਜਨਤਾ ਨੂੰ ਵੱਡੀ ਰਾਹਤ ਪੈਟਰੋਲ 10 ਰੁਪਏ ਤੇ ਡੀਜ਼ਲ 6 ਤੋਂ 8 ਰੁਪਏ ਹੋਵੇਗਾ ਸਸਤਾ। ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਗਿਰਾਵਟ ਦੇ ਵਿਚਕਾਰ ਪੈਟਰੋਲ ਮੈਂ 75 ਪੰਕਾ ਜਾਣ ਨੇ। ਵੀਰਵਾਰ ਨੂੰ ਇੱਕ ਸੰਕੇਤ ਦਿੱਤਾ ਕਿ ਜੇਕਰ ਅੰਤਰਰਾਸ਼ਟਰੀ ਬਾਜ਼ਾਰਦ ਵਿੱਚ ਲੰਬੇ ਸਮੇਂ ਤੱਕ ਤੇਲ ਦੀਆਂ ਕੀਮਤਾਂ ਘਟ ਰਹੀਆਂ ਹੰਤਾ ਤੇਲ ਮਾਰਕੀਟਿੰਗਾਂ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾ ਸਕਦਾ ਹਨ ਤੇ ਇਹ ਟਿੱਪਣੀ ਅਜਿਹੇ ਸਮੇਂ ਦੇ ਵਿੱਚ ਆ ਸਾਹਮਣੇ ਜਾਂ ਜਦੋਂ ਕੱਚਾ ਤੇਲ ਤਿੰਨ ਸਾਲਾਂ ਦੇ ਹੇਠਲੇ ਪੱਧਰ ਤੇ ਪਹੁੰਚ ਗਿਆ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਆ ਫਿਰ ਤੋਂ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਹੈ ਪਿਛਲੇ ਵਾਰ 15 ਮਾਰਚ ਆ 2024 ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੈਟਰੋਲਾ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਲਗਭਗ 2 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਗਈ ਸੀ ਹੁਣ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਵੀ ਹੋ ਚੁੱਕੀਆਂ ਤੇ ਜਸਕਰਨ ਕੀਮਤਾਂ ਦੇ ਵਿੱਚ ਹੋਰ ਵੀ ਕਟੌਤੀ ਕੀਤੀ ਜਾ ਸਕਦੀ ਹੈ ਪੈਟਰੋਲਾ 10 ਰੁਪਏ ਤੇ ਡੀਜ਼ਲ 6 ਤੋਂ 8 ਰੁਪਏ ਹੋ ਸਕਦਾ ਹੈ ਸਸਤਾ ਪੈਟਰੋਲੀਅਮ ਮੰਤਰਾਲੇ ਦੇ ਪੈਟਰੋਲੀਅਮਾ ਜੁਆਇਨਾਂ ਤੇ ਵਿਸ਼ਲੇਸ਼ਣ ਅੰਸ਼ਲ ਦੇ ਅੰਕੜਾ ਦੇ ਅਨੁਸਾਰ ਪਿਛਲੇ 6 ਮਹੀਨਿਆਂ ਦੇ ਵਿੱਚ ਆ ਭਾਰਤੀ ਟੋਕਰੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ 20% ਦੇ ਤੋਂ ਜ਼ਿਆਦਾ ਦੀ ਗਰਾਵਟ ਆਈ ਹੈ April 2014 ਦੇ ਵਿੱਚ ਇਹ 99.44 ਡਾਲਰ ਪ੍ਰਤੀ ਬੈਰਲ ਜੋ ਕਿ ਹੁਣ 71 ਡਾਲਰ ਪ੍ਰਤੀ ਬੈਰਲ ਹੈ ਇਸ ਦੇ ਬਾਵਜੂਦ ਹੈ ਪਿਛਲੇ 30 ਮਹੀਨਿਆਂ ਦੇ ਵਿੱਚ ਪੈਟਰੋਲਾ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਸਿਰਫ ਦੋ ਵਾਰ ਕਟੌਤੀ ਕੀਤੀ ਗਈ ਹੈ ਤੇਲ ਕੰਪਨੀਆਂ ਦਾ ਲਾਭ ਅਤੇ ਰਾਈਫਾਈਨਿੰਗ ਦਾ ਮਾਰਜਨ ਤੇਲ ਕੰਪਨੀਆਂ ਨੇ ਰਾਈਫਾਈਨਰੀ ਮਾਰਜਨ ਤੋਂ ਚੰਗੀ ਕਮਾਈ ਕੀਤੀ ਆ 2022-23 ਵਿੱਚ ਕੰਪਨੀਆਂ ਨੇ ਇੱਕ ਬੈਰਲ ਤੇਲ ਨੂੰ ਸ਼ੁੱਧਾ ਕਰਨ ਤੇ 18 ਡਾਲਰ 9.57 ਰੁਪਏ ਲੀਟਰ ਦਾ ਮੁਨਾਫਾ ਕਮਾਇਆ ਜਦੋਂ ਕਿ 2023-24 ਵਿੱਚ ਇਹ ਮਾਰਜਨ 6.6 ਰੁਪਏ ਪ੍ਰਤੀ ਲੀਟਰ ਰਿਹਾ ਜੇਕਰ ਕੰਪਨੀਆਂ ਇਸ ਮਾਰਜਨ ਦਾ ਅੱਧਾ ਮੁਨਾਫਾ ਵੀ ਗਾਹਕਾਂ ਨੂੰ ਦਿੰਦਿਆਂ ਤਾਂ ਪੈਟਰੋਲ 10 ਰੁਪਏ ਡੇਜਲਾ 6 ਤੋਂ 8 ਰੁਪਏ ਪ੍ਰਤੀ ਲੀਟਰ ਤੱਕ ਸਸਤਾ ਹੋ ਸਕਦਾ ਹੈ।